ਪਰ ਇੱਕ ਮੇਰੀ ਜ਼ਰੂਰ ਬੇਨਤੀ ਹੈ ਸੀ ਐਮ ਸਾਹਿਬ ਦਾ ਬਹੁਤ, ਜੋ ਆਪਾਂ ਨੂੰ ਵਾਰ ਵਾਰ ਕਹਿ ਰਿਹਾ, ਮੈਂ ਵੀ ਤੁਹਾਨੂੰ ਐਜ ਏ ਕਿਸਾਨ ਬਣ ਕੇ ਦੱਸ ਰਿਹਾ ਕਿ ਜਿਹੜੀ ਬਿਜਲੀ ਹੈ, ਪਿਛਲੀ ਪਹਿਲਾਂ ਆਪਾਂ 7400 ਮੈਗਾਵਾਟ ਬਿਜਲੀ ਬਾਹਰੋਂ ਲਿਆ ਸਕਦੇ ਸੀ, ਪਿਛਲੇ ਸਾਲ ਜਿਹੜੀ ਆ ਉਹਦੀ ਕਪੈਸਿਟੀ 8500 ਮੈਗਾਵਾਟ ਕਰ ਦਿੱਤੀ ਹੈ, ਇਸ ਵਾਰ ਜਿਹੜੀ ਆ ਉਹ 9500 ਮੈਗਾਵਾਟ ਜਿਹੜੀ ਆ ਉਹਦੀ ਕਪੈਸਿਟੀ ਹੋ ਜੂਗੀ, ਅਤੇ ਸਾਨੂੰ ਕੋਈ ਘਾਟਾ ਨਹੀਂ ਰਹਿਣਾ। ਪਰ ਇੱਕ ਮੇਰੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਹੈ, ਅਪੀਲ ਹੈ ਸੀ ਐਮ ਸਾਹਿਬ, ਇਹ ਮੇਰੀ ਰਿਕੁਐਸਟ ਹੈ ਜੀ ਕਿ ਆਪਾਂ ਬਿਜਲੀ ਤਾਂ ਬਾਹਰੋਂ ਲਿਆ ਸਕਦੇ ਹਾਂ, ਜਿੰਨੀ ਤੁਸੀਂ ਕਹੋਗੇ ਉੱਨੀ ਬਿਜਲੀ ਪੈਦਾ ਵੀ ਕੀਤੀ ਜਾ ਸਕਦੀ ਹੈ ਅਤੇ ਬਾਹਰੋਂ ਵੀ ਲਿਆਦੀ ਜਾ ਸਕਦੀ ਹੈ। ਪਰ ਇੱਕ ਮੇਰੀ ਬੇਨਤੀ ਹੈ ਕਿ ਪਾਣੀ ਨਹੀਂ ਬਾਹਰੋਂ ਲਿਆ ਸਕਦੇ ਆਪਾਂ, ਨਾ ਨਹਿਰਾਂ ਨਾਲ ਲਿਆ ਸਕਦੇ ਹਾਂ, ਨਾ ਰੇਲਾਂ ਨਾਲ ਲਿਆ ਸਕਦੇ ਹਾਂ, ਅਤੇ ਇਸ ਕਰਕੇ ਪਾਣੀ ਦੀ ਜਿਹੜੀ ਵਰਤੋਂ ਆ ਉਹ ਮੈਨੂੰ ਲੱਗਦਾ ਆਪਾਂ ਨੂੰ ਸਾਰਿਆਂ ਨੂੰ ਬਹੁਤ ਹੀ ਸੰਜਮ ਨਾਲ ਕਰਨੀ ਚਾਹੀਦੀ ਹੈ। ਬਿਜਲੀ ਜਿਹੜੀ ਆ ਤੁਹਾਨੂੰ ਨਿਰੰਤਰ ਜਿਹੜੀ ਆ ਲੋੜ ਅਨੁਸਾਰ ਮਿਲੇਗੀ।